जे पीके कोई गुरुद्वारे गया तो फिर पापा का भागी दोषी तो उही है। वीडियो के जरूर थोड़ा थोड़ा देखने वाले में शक जहा पैंदा भी जिवें कोई कोई गल हुंदी है। ਬਲਟੋਹਾ ਬੋਲਦੇ ਆ, ਕਹਿੰਦੇ ਮੈਡੀਕਲ ਜਾਂਚ ਹੋਣੀ ਚਾਹੀਦੀ ਹੈ। ਸੁਖਬੀਰ ਸਿੰਘ ਬਾਦਲ ਕਹਿੰਦੇ ਮੈਡੀਕਲ ਜਾਂਚ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਦੀ ਕੌਣ ਮੈਡੀਕਲ ਜਾਂਚ ਕਰਾਊਗਾ? ਕੌਣ ਕਰਾਊਗਾ ਮੁੱਖ ਮੰਤਰੀ ਦੀ ਮੈਡੀਕਲ ਜਾਂਚ? ਹੈਗੀ ਕਿਸੇ ਦੀ ਜ਼ਰੂਰਤ ਕਰਾ ਲੈਣ ਦੀ? ਪੰਜਾਬ ਦਾ ਕੋਈ ਮੈਨੂੰ ਭਲਾ ਹੋਣ ਵਾਲੀ ਗੱਲ ਕੋਈ ਲੱਗਦੀ ਨਹੀਂ ਆਮ ਆਦਮੀ ਪਾਰਟੀ ਤੋਂ, ਕਿਉਂਕਿ ਅਣਸਿੱਖੇ ਬੰਦੇ ਨੇ ਸਾਰੇ। ਦੂਜੀ ਸਟੇਟ ਦਾ ਮੁੱਖ ਮੰਤਰੀ ਜਾਂ ਦੂਜੀ ਸਟੇਟ ਦਾ ਕੋਈ ਅਧਿਕਾਰੀ ਜਾਂ ਹੋਰ ਬਿਲਕੁਲ ਕਿਸੇ ਦੂਜੇ ਸੂਬੇ ਦੇ ਨੂੰ ਬੁਲਾ ਹੀ ਨਹੀਂ ਸਕਦਾ, ਨਾ ਮੀਟਿੰਗ ਕਰ ਸਕਦਾ। ਉਹ ਗੈਰ ਕਾਨੂੰਨੀ ਹੈ, ਸੰਵਿਧਾਨ ਦੀ ਉਲੰਘਣਾ ਹੋਈ ਹੈ। ਲੱਗਦਾ ਵੀ ਕਰਪਸ਼ਨ ਉੱਤੇ ਕਾਬੂ ਪਾਇਆ ਜਾ ਸਕਦਾ ਅਤੇ ਜੇ ਪੈਸੇ ਲੈ ਕੇ ਜਿਨ੍ਹਾਂ ਨੇ ਟਿਕਟਾਂ ਲਈਆਂ ਨੇ ਪੈਸੇ ਦੇ ਕੇ ਜਾਂ ਹੋਰ, ਤੁਸੀਂ ਸੋਚ ਲਓ ਗਾਂਹ ਫਿਰ ਕੀ ਹੋਏਗਾ। ਚਰਚਾ ਹੋਣ ਲੱਗ ਗਈ ਵੀ ਦਿੱਲੀ ਵਾਲਿਆਂ ਦਾ ਦਬਾਅ ਹੈ ਸਰਕਾਰ ਦੇ ਉੱਤੇ, ਜੋ ਦਿੱਲੀ ਵਾਲੇ ਕਹਿੰਦੇ ਉਹ ਕਰਦੇ ਆ। ਜੇ ਉਹ ਕਰਨਗੇ ਤਾਂ ਫਿਰ ਪੰਜਾਬ 'ਚ ਨੁਕਸਾਨ ਹੋਏਗਾ, ਪੰਜਾਬ ਦਾ ਆਉਣ ਵਾਲੇ ਸਮੇਂ 'ਚ। ਫਿਰ ਪੰਜਾਬ ਦਾ ਚੋਰੀ ਪਾਣੀ ਵੀ ਲੈ ਜਾ ਕਰਨਗੇ, ਫਿਰ ਪੰਜਾਬ ਦੀ ਬਿਜਲੀ ਵੀ ਲੈ ਜਾਣਗੇ। ਗਰਮੀਆਂ 'ਚ ਬਿਜਲੀ ਸਾਡੇ ਕੋਲ ਪਹਿਲਾਂ ਹੀ ਘੱਟ ਹੈ, ਫਿਰ ਦਬਾਅ ਪਾ ਕੇ ਜਦੋਂ ਲੋੜ ਹੋਊ ਪਾਣੀ ਅਤੇ ਬਿਜਲੀ ਵੀ ਲੈ ਜਾਣਗੇ। ਸਕੂਲਾਂ ਜਾ ਕੇ ਜਾਂ ਹਸਪਤਾਲਾਂ ਦੇ ਵਿੱਚ ਜਾ ਕੇ ਜਾਂ ਹੋਰ ਥਾਵਾਂ 'ਤੇ ਜਾ ਕੇ ਆਪਣੀ ਦਾਦਾਗਿਰੀ ਕਰਨਗੇ, ਉਹਦੇ ਨਾਲ ਤਾਂ ਫਿਰ ਛੇਤੀ ਬਦਨਾਮ ਹੋ ਜਾਣਗੇ, ਕੋਈ ਫਾਇਦਾ ਨਹੀਂ। ਜੋ ਹਾਲਾਤ ਨੇ ਸਟੇਟ ਦੇ ਜਾਂ ਇਹਨਾਂ ਦੇ, ਲੱਗਦਾ ਨਹੀਂ ਕਿ ਕੁਛ ਕਰ ਪਾਉਣਗੇ, ਮੈਨੂੰ ਨਹੀਂ ਲੱਗਦਾ। ਇਸ ਤੋਂ ਬਹੁਤੀ ਆਸ ਨਹੀਂ ਹੈਗੀ। ਚੈਪਾਲੇ ਮੀਟਰਾਂ ਦਾ ਬੜਾ ਮੋਕਾ ਸਾਹਿਬ ਰੌਲਾ ਪੈਂਦਾ ਹੈ, ਉਹ ਸਰ ਕੇਂਦਰ ਕਹਿੰਦੇ ਵੀ ਲਗਾਉਣੇ ਨਹੀਂ, ਫੰਡ ਰੋਕ ਦਿਆਂਗੇ। ਦੂਜੇ ਮੀਟਰ ਕੀ ਦੰਦੀ ਵੱਢਦੇ ਆ? ਦੂਜੇ ਮੀਟਰ ਹੀ ਰਹਿਣ ਦੇਣ, ਹੁਣ ਮੀਟਰ ਲਾ ਦੇਣਗੇ ਫਿਰ ਉਹਦੇ ਪੈਸੇ ਲੋਕਾਂ ਨੂੰ ਪਾਉਣਗੇ, ਜਾਂ ਤਾਂ ਮੁਫ਼ਤ ਲਾਉਣ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ TV ਅਤੇ ਮੈਂ ਮਨਿੰਦਰਜੀਤ ਸਿੱਧੂ। ਕੱਲ੍ਹ ਜਦ CM ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦਮਦਮਾ ਸਾਹਿਬ ਮੱਥਾ ਟੇਕਣਗੇ, ਉਸ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਹੋਏ ਤਾਂ ਉਹਨਾਂ ਦੇ ਪ੍ਰੈਸ ਨੂੰ ਸੰਬੋਧਨ ਹੋਣ ਲੱਗੇ ਜੋ ਉਹਨਾਂ ਨੇ ਬੋਲੇ ਬੋਲ ਬੋਲੇ ਉਸ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਵਿਰੋਧੀ ਧਿਰਾਂ ਨੇ ਕੁਝ ਸਵਾਲ ਚੱਕੇ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਅੱਜ ਫਿਰ ਸ਼ਰਾਬ ਪੀ ਕੇ ਇੱਥੇ ਆਏ ਹੈ, ਕੀ ਅਸਲ ਸੱਚਾਈ ਹੈ, ਕਿਉਂ ਇਸ ਨੂੰ ਮੁੱਦਾ ਬਣਾਇਆ ਜਾ ਰਿਹਾ? ਗੱਲਬਾਤ ਕਰਾਂਗੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ, ਸਾਬਕਾ ਕੈਬਨਿਟ ਮੰਤਰੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੰਤਰੀ ਸਾਹਿਬ ਸਵਾਗਤ ਹੈ। ਮਿਹਰਬਾਨੀ ਜੀ, ਮੇਰੇ ਵੱਲੋਂ ਤੁਹਾਨੂੰ ਅਤੇ ਸਾਰੇ ਤੁਹਾਡੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੰਤਰੀ ਸਾਹਿਬ ਕਿਵੇਂ ਹੈ? ਕੱਲ੍ਹ ਦੀ ਜਿਹੜੀ ਤੁਸੀਂ ਅਕਾਲੀ ਦਲ ਨੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਵੀ ਬੋਲੇ, ਸਟੇਜ ਤੋਂ ਵੀ ਬੋਲੇ ਕਿ ਭਗਵੰਤ ਮਾਨ ਨੂੰ ਲੈ ਕੇ ਮੁੱਦਾ ਬਣਾਇਆ ਜਾ ਰਿਹਾ, ਕੀ ਸਬੂਤ ਹੈ ਕਿ ਉਹਨਾਂ ਨੇ ਸ਼ਰਾਬ ਪੀਤੀ? ਨਹੀਂ, ਕੋਈ ਮੁੱਦਾ ਨਹੀਂ ਬਣਾਉਂਦੇ, ਨਾ ਮੁੱਦਾ ਅਸੀਂ ਬਣਾਉਣਾ ਨਾ ਬਣਾਉਣਾ ਚਾਹੀਦਾ। ਮੈਨੂੰ ਤਾਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ, ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰੈਸ ਵਾਲੇ ਮਿਲੇ ਹੋਣਗੇ, ਪ੍ਰੈਸ ਨੂੰ ਹੀ ਭਗਵੰਤ ਸਿੰਘ ਮਾਨ ਮਿਲਿਆ ਸੀ। ਵੀਡੀਓ ਵੇਖੀ ਹੈ ਮੈਂ ਵੀ, ਉਹ ਜਿਹੜੀ ਵੀਡੀਓ ਦੇ ਵਿੱਚ ਜ਼ਰੂਰ ਥੋੜ੍ਹਾ ਥੋੜ੍ਹਾ ਦੇਖਣ ਵਾਲੇ ਨੂੰ ਸ਼ੱਕ ਜਿਹਾ ਪੈਂਦਾ ਵੀ ਜਿਵੇਂ ਕੋਈ ਕੋਈ ਗੱਲ ਹੁੰਦੀ ਹੈ, ਪਰ ਜਿੰਨਾ ਚਿਰ ਆਪਣੇ ਕੋਲ ਕੋਈ ਸਬੂਤ ਨਾ ਹੋਵੇ ਉਹਨਾਂ ਚਿਰ ਮੇਰਾ ਤਾਂ ਨਹੀਂ ਹੈਗਾ ਕਿ ਮੈਂ ਕਹਾਂ ਕਿਸੇ ਨੂੰ। ਸੋ ਮੈਨੂੰ ਤਾਂ ਕਿਸੇ ਬੰਦੇ ਨੇ ਵੀ ਨਹੀਂ ਦੱਸਿਆ, ਮੈਨੂੰ ਪ੍ਰੈਸ ਵਾਲਿਆਂ ਨੇ ਵੀ ਨਹੀਂ ਦੱਸਿਆ। ਪ੍ਰੈਸ ਵਾਲੇ ਉਹਨੂੰ ਮਿਲ ਕੇ ਭਗਵੰਤ ਮਾਨ ਨੂੰ ਵੀ ਆਏ ਸੀ, ਉਹ ਪ੍ਰਧਾਨ ਜੀ ਕੋਲੇ ਵੀ ਆਏ ਸੀ, ਹੋ ਸਕਦਾ ਪ੍ਰਧਾਨ ਜੀ ਨੂੰ ਉਹਨਾਂ ਨੇ ਕੋਈ ਦੱਸਿਆ ਹੋਵੇ ਪ੍ਰੈਸ ਵਾਲੇ ਨੇ ਆ ਕੇ, ਪਰ ਮੇਰੇ ਕੋਲ ਇਸ ਮਾਮਲੇ ਦੀ ਕੋਈ ਠੋਸ ਜਾਣਕਾਰੀ ਨਹੀਂ ਹੈਗੀ। ਵਿਰਸਾ ਸਿੰਘ ਬਲਟੋਹਾ ਬੋਲਦੇ ਆ, ਕਹਿੰਦੇ ਮੈਡੀਕਲ ਜਾਂਚ ਹੋਣੀ ਚਾਹੀਦੀ ਹੈ। ਸੁਖਬੀਰ ਸਿੰਘ ਬਾਦਲ ਕਹਿੰਦੇ ਮੈਡੀਕਲ ਜਾਂਚ ਹੋਣੀ ਚਾਹੀਦੀ ਹੈ। ਉਹ ਤਾਂ ਫਿਰ ਕੱਲ੍ਹ ਦਾ ਹੀ ਗੱਲ ਸੀ, ਹੁਣ ਉਸ ਵੇਲੇ ਮੁੱਖ ਮੰਤਰੀ ਦੀ ਕੌਣ ਮੈਡੀਕਲ ਜਾਂਚ ਕਰਾਊਗਾ? ਕੌਣ ਕਰਾਊਗਾ ਮੁੱਖ ਮੰਤਰੀ ਦੀ ਮੈਡੀਕਲ ਜਾਂਚ? ਹੈਗੀ ਕਿਸੇ ਦੀ ਜ਼ਰੂਰਤ ਕਰਾ ਲੈਣ ਦੀ ਮੁੱਖ ਮੰਤਰੀ ਦੀ ਮੈਡੀਕਲ ਜਾਂਚ ਕੋਈ ਕਰਾਉਣ ਦੀ? ਉਹ ਤਾਂ ਚਲੋ ਜੇ ਕੋਈ ਉਹਨੇ, ਵੈਸੇ ਮੈਨੂੰ ਨਹੀਂ ਪਤਾ ਪੀਤੀ ਹੈ ਨਹੀਂ ਪੀਤੀ, ਮੈਂ ਐਵੇਂ ਕਹਿ ਦਿਆਂ ਜਿੰਨਾ ਚਿਰ ਮੇਰੇ ਕੋਲ ਕੋਈ ਸਬੂਤ ਹੀ ਹੈ ਨਹੀਂ, ਮੈਂ ਤਾਂ ਕਹਿੰਦਾ ਨਹੀਂ। ਜੇ ਪੀ ਕੇ ਕੋਈ ਗੁਰਦੁਆਰੇ ਗਿਆ ਤਾਂ ਫਿਰ ਪਾਪਾਂ ਦਾ ਭਾਗੀ ਦੋਸ਼ੀ ਤਾਂ ਉਹੀ ਹੈ, ਨਹੀਂ ਗਿਆ ਤਾਂ ਚਲੋ ਉਹਦੀ ਚੰਗੀ ਗੱਲ ਆ, ਨਹੀਂ ਗਿਆ ਜੇ ਗਿਆ ਤਾਂ ਫਿਰ ਉਹਦੀ ਮਾੜੀ ਗੱਲ ਆ, ਫਿਰ ਆਪੇ ਪਰਮਾਤਮਾ ਸਜ਼ਾ ਦੇਊਗਾ ਸਾਨੂੰ, ਇਹ ਪਰਮਾਤਮਾ 'ਤੇ ਛੱਡ ਦੇਣਾ ਚਾਹੀਦਾ ਇਹ ਕੰਮ। ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦਾ 1 ਮਹੀਨੇ ਦੀ ਸਰਕਾਰ ਹੋ ਚੁੱਕੀ ਹੈ, ਕੰਮਾਂ ਨੂੰ ਕਿਵੇਂ ਦੇਖ? ਦੇਖੋ ਕੰਮ ਹਾਲਤਾਂ ਹੀ ਤਾਂ ਉਹਨਾਂ ਨੇ ਕੋਈ ਕੀਤਾ ਨਹੀਂ, ਇੱਕ ਕੰਮ ਜ਼ਰੂਰ ਹੈਗਾ ਜਿਹੜਾ ਉਹਨਾਂ ਨੇ ਨੰਬਰ ਜਾਰੀ ਕੀਤਾ ਰਿਸ਼ਵਤ ਦਾ, ਇਹ ਟੈਂਪਰੇਰੀ ਹੁੰਦਾ ਕੰਮ, ਅਸੀਂ ਵੀ ਕੀਤਾ ਸੀ, ਸਰਕਾਰਾਂ ਨੇ ਸਾਡੀਆਂ ਵੇਲੇ ਵੀ ਕੀਤਾ ਸੀ, ਇਨਾਮ ਵੀ ਰੱਖੇ ਸੀ ਅਸੀਂ ਵੀ ਜਿਹੜਾ ਕੋਈ ਰਿਸ਼ਵਤ ਨੂੰ ਫੜਾਊਗਾ 25,000 ਰੁਪਇਆ ਇਨਾਮ ਰੱਖਿਆ ਸੀ ਘੱਟੋ ਘੱਟ। ਉਸ ਵੇਲੇ ਵੀ ਸ਼ੁਰੂ ਸ਼ੁਰੂ 'ਚ ਤਾਂ ਚੱਲਿਆ ਸੀ ਕੰਮ 2-3 ਮਹੀਨੇ ਇਹ ਕੰਮ, ਮੁੜ ਕੇ ਫਿਰ ਲੋਕ ਉਸੇ ਲਈ ਤਾਂ ਆ ਗਏ ਹਟ ਕੇ ਫੜਾਉਣੇ ਤਾਂ ਵੇਖੋ ਲੋਕਾਂ ਨੇ ਹੈ, ਜੇ ਲੋਕ ਹੁਣ ਉਦੋਂ ਨਾ ਖੈਰ ਲੋਕ ਹੁਣ ਚੁਸਤ ਵੀ ਕਾਫੀ ਹੋ ਗਏ, ਲੋਕ ਐਕਟਿਵ ਹੋ ਗਏ, ਮੀਡੀਆ ਵੀ ਕਾਫੀ ਹੋ ਗਿਆ, ਅਤੇ ਹਲੇ ਤੱਕ ਉਹਦਾ ਜਿਹੜਾ ਹੈਗਾ 1 ਮਹੀਨਾ ਕੁ ਹੋਇਆ ਸਰਕਾਰ ਬਣੀ ਨੂੰ, ਹਲੇ ਤੱਕ ਉਹਦਾ ਥੋੜ੍ਹਾ ਥੋੜ੍ਹਾ ਡਰ ਤਾਂ ਹੈਗਾ ਮੁਲਾਜ਼ਮਾਂ 'ਤੇ, ਜਿਹੜੀ ਸਹੀ ਗੱਲ ਆ ਉਹ ਮੈਨੂੰ ਤਾਂ, ਮੈਂ ਤਾਂ ਕਹਿ ਦਿੰਦਾ ਮੈਨੂੰ ਕੋਈ ਨਹੀਂ, ਉਹ ਹਲੇ ਤਾਂ ਡਰ ਉਹਦੇ 'ਤੇ ਹੈਗਾ, ਇਹ ਡਰ ਕਿੰਨਾ ਕੁ ਚਿਰ ਰਹਿੰਦਾ ਜਾਂ ਸਰਕਾਰ ਆਪਣੀ ਇਸ ਗੱਲ ਨੂੰ ਕਿੰਨਾ ਕੁ ਚਿਰ ਰੱਖ ਪਾਉਂਦੀ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਜੇ ਤਾਂ 3-4 ਮਹੀਨੇ ਡਰ ਰਿਹਾ ਲਗਾਤਾਰ, ਫਿਰ ਤਾਂ ਸ਼ਾਇਦ ਗਾਂਹ ਵੀ ਚੱਲ ਜੇ, ਅਤੇ ਨਹੀਂ ਤਾਂ ਐਵੇਂ ਸ਼ੁਰੂ ਸ਼ੁਰੂ 'ਚ ਕਰਦੀਆਂ ਜਦੋਂ ਸਰਕਾਰਾਂ ਨਵੀਆਂ ਨਵੀਆਂ ਸਰਕਾਰਾਂ ਆਉਂਦੀਆਂ ਉਦੋਂ ਵੈਸੇ ਵੀ ਡਰ ਜਾਂਦੇ ਆ ਲੋਕ ਨਵੀਂ ਨਵੀਂ ਸਰਕਾਰ ਤੋਂ, ਅਤੇ
रुक भी जाता थोड़ा जिहा काम, फिर हौली हौली उस एरिए आ जाते हैं। तो यही गल हैगी है, जिदा ये चलिया लगातार तो चंगी गल है, करप्शन ना हो तो चंगी गल है। हले पर मुलाजम डरते थले दबा जे थले है, हले थोड़ा बहुत असर तो हैगा इस गल का। लगता भी करप्शन उत्ते काबू पाया जा सक? मैनू लगता जो हालात ने सारे सारा सिस्टम जो साडा हैगा इन्ना ज़्यादा भ्रिष्ट हो चुकया, इन्ना ज़्यादा करप्ट हो चुकया, पैसे की किस्म की दौड़ लगी है, हरेक बंदा कहिंदा मैं जायज़ नजायज़ तरीक़ां नाल अमीर होवां। इह जे सिस्टम दे विच आ के मैनू नहीं लगता भी कोई आने वाले समय च आस तां करनी चाहिए भी चंगा होवे, हो जाए तो चंगी गल है, पर लगती नहीं हैगी कि यह होएगा चंगा। नहीं देखो जे राज्यसभा दे मैंबरां दा रौला पैंदा भी पैसे लैके टिकटां दे राज्यसभा दे मैंबर बनाए है, तो फिर किमें आपां पहला रौला पैंदा रहा भी एम एल ए नूं टिकटां दे के टिकटां पैसे लैके टिकटां दित्तियां ने, तो जे पैसे लैके जिन्हां ने टिकटां लईआं ने पैसे दे के जां होर तुसीं सोच लो गां फिर की होएगा। उहनां दे समझ कहिंदे भी जिहड़े पहलां वाले राज्यसभा मैंबर गए सी उहनां ने कहिंदा पंजाब दे मुद्दे चक के बहुत रंग लाया। मुद्दे दे चक्कण दी मैं गल ही नहीं कीती, मैं तां मुद्दे चक्कण दी तां गल छेड़ी ही नहीं हैगी, मुद्दे चक्कणे ना चक्कणे इह भी गल उहनां दी एवें ही है। पहलां वाले बंदे सारिआं दा रिकॉर्ड कढ़ा के वेख लो, बहुत बोलदे रहे राज्यसभा च, अपने भूंदड़ साहब सी, गुजराल साहब सी, ढींडसा साहब सी, पूरा बोलदे रहे राज्यसभा दे विच। कांग्रेस दे भी एवें मैंबर मैं कहां भी नहीं बोलदे रहे, उह बोलदे रहे आ, इह हले नवें गए आ, शायद बोल पैण, मैं नहीं कहिंदा भी नहीं, इह भी हले तां हुणे ही गए आ, हले आपां कोई आस कहीए कि बोलणगे कि नहीं बोलणगे, तो शायद बोलण, यह भी जाके बोलना चाहिए। पंजाब की नुमाइंदगी करते हैं भावें चलो किमें भी गए हैं, नुमाइंदगी तो पंजाब की करते, इन्हों पंजाब के हकों की खातर बोलना चाहिए, ना बोलणगे तो फिर बहुत माड़ी गल है उन्होंने। बाकी किमें देखा जाए जिहड़ा एक रौला चलिया कि अधिकारियों की मीटिंग दिल्ली बुलाई गई अरविंद केजरीवाल ने पंजाब के अधिकारियों की मीटिंग ली, उन्हें किमें देखा? देखो गलत है, कानूनी तौर पर नहीं बुला सकता कोई भी सूबे का, कानूनी तौर पर जिहड़ी मीटिंग है अधिकारियों की गवर्नर बुला सकता है, स्टेट का कोई जानकारी लेनी हो, मुख्यमंत्री तो मालिक ही है, कोई रौला ही नहीं डेमोक्रेसी दे विच। मिनिस्टर आपदे महकमे की बुला सकता, मिनिस्टर चाहे तो दूजे महकमे की मीटिंग लै सकता है जे उन्हें कोई क्लेरिफिकेशन की लोड़ हो। सिस्टम यही है, मुख्यमंत्री सारिआं दा मालिक है, मिनिस्टर अपने अपने महकमे के मालिक है, पर मिनिस्टर जे चाहे दूजे महकमे के बंदे भी सद सकता है आपदे कोले, पर दूजी स्टेट का मुख्यमंत्री या दूजी स्टेट का कोई अधिकारी या होर बिल्कुल किसी दूजे सूबे नूं बुला ही नहीं सकता, ना मीटिंग कर सकता, वो गैर कानूनी है, संविधान की उलंघना हुई है, उदी उन्होंने लिख के बीजेपी वाले ने दिता गवर्नर नूं, मेरी समझ उहदे खिलाफ तो उहदी तो पड़ताल होनी चाहिए, वो गलत होया। कांग्रेस कहिंदी डम्मी मुख्यमंत्री बने पंजाब दे, तुसीं किवें देखदे? नहीं मैं तो नहीं कहता भी डम्मी मुख्यमंत्री बनया, वेखो मुख्यमंत्री तो लोगों ने चुन के बनाया, 92 सीटा उन्होंने आईया ने, लोगों ने बहुत वड्डी गिनती च वोटा पाईया ने, सानू थोड़ा जिहा समा देना चाहिए, वेखना चाहिए भी की करती है सरकार। ये ठीक है कि लोगों ते ये गल दी हुण चर्चा होण लग गई भी दिल्ली वालों का दबाव है सरकार दे उत्ते, जो दिल्ली वाले कहिंदे उह करदे आ, जे उह करनगे तो फिर पंजाब च नुकसान होएगा, पंजाब दा आउण वाले समय च फिर पंजाब दा चोरी पानी भी लै जा करनगे, फिर पंजाब दी बिजली भी ले जाणगे, गर्मियों च बिजली साडे कोल पहलां ही घट है, फिर दबाव पा के जो लोड़ होऊ पानी तो बिजली भी लै जाणगे, वो नहीं दबाव नहीं होना चाहिए, मुख्यमंत्री नूं अपने तौर पर फैसले करने चाहिए दलेरी दे नाल, बहुत वड्डा फतवा है, कोई दिल्ली वाले दे सिर ते तां मुख्यमंत्री जित्या नहीं, मुख्यमंत्री आपां नूं आप भगवंत मान जी नूं वोटां पईआं ने, सो फैसले भी उन्हें दलेरी नाल आप ही करने चाहिए ने। एक चिप वाले मीटरों का बड़ा अमरूका साहब रौला पैंदा है, सर केंद्र कहिंदे भी लगाउणे नहीं फंड रोक देंगे, स्टेट कहिंदी है फसी भी है, उधरों किसान जथेबंदियां कहिंदियां भी असीं लोन नहीं देणगे, अकाली दल दा इहदे ते की स्टैंड है जिहड़े मीटरां? मेरी समझ हले नहीं लाने चाहिए ये चिप वाले मीटर, हले जे लाने शहर शहरों च ला लैन, पिंडा च नहीं चलने है, पिंडा के लोग अनपढ़ उन्होंने पता ही नहीं होंगे कासेदार भी किमें उ बिल भरना है, किमें पाना वे पैसे की, वो पिंडा के लोगों को हले की समझ है नहीं। दूजे मीटर की दंदी वढ़ते हैं, दूजे मीटर ही रहन देन, उन्होंने चैक कर पूरा, जो कोई नहीं बिल भरता वह कनैक्शन कट देना, आप ही बिल भरूगा, ये एवं फिर पैसे तो चार चार पाँच पाँच हज़ार का मीटर है, वो फिर लोगों को पैसे पाँगे, हूँ मीटर ला देंगे फिर वो पैसे लोगों को पाँगे, जब तो मुफ्त ला फिर रखे लोगों तो लड़ नहीं हैगी इस मीटर की, लड़ तो सरकार लाई है धक्के, तो फिर पैसे पाँगे पाँच पाँच छी छी हज़ार रुपया, गरीब बंदा कितों देगा, तो बिल नहीं दिता जाता, सो ये धक्का सेंटर सरकार का मेरी समझ के, नहीं शर्त लानी चाहिए फंड देने स्टेट को, हक है हरेक का, क्यों शर्त बिजली महकमे का कम, पंजाब स्टेट का कम है, वो आपे जिम्मे मर्जी चलावे, जिमें मर्जी इनू ठीक करे, वो कोई ये तो कह सकते भी जो तुम आ चीज़ा नहीं रोकते, चोरी नहीं रोकते, जो होर नहीं कुछ रोकते, तो असं थोड़ू फंड रोक देंगे, पर शर्त लाने कि आह मीटर लाओ, ये पिंडा वाले तो सूत ही नहीं आना मीटरों का कम, मैं तो कि मीटर वाला कम तो गलत है। एक चर्चा चल रही है अंदर अंदर, कहते भी अकाली दल भी प्रधान बदल सकता है, कोई यही गल नहीं, कोई पार्टी के हालत ही तो कोई यही चर्चा नहीं हैगी कि प्रधान बदलने वाली, कदे साडे तां किन्नियां मीटिंगां होईयां, कोई ऐसी जी किसी ने कोई ना गल छेड़ी है ना कोई चलता, बार बार तो कितने चलती हुई मैंने पता नहीं, विदिन पार्टी कोई चर्चा नहीं हैगी।
ਤੁਹਾਡੇ ਹਿਸਾਬ ਨਾਲ ਜਿਵੇਂ ਹੁਣ ਹਾਰ ਹੋਈ ਸੀ ਨਵਜੋਤ ਸਿੰਘ ਸਿੱਧੂ ਅਸਤੀਫਾ ਦੇ ਕੇ, ਸੁਖਬੀਰ ਸਿੰਘ ਬਾਦਲ ਨੂੰ ਨਹੀਂ ਦੇ ਦੇਣਾ ਚਾਹੀਦਾ? ਨਹੀਂ, ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਨਹੀਂ ਦਿੱਤਾ, ਉਹ ਤਾਂ ਅਸਤੀਫਾ ਲਿਆ ਦਿੱਲੀ ਵਾਲਿਆਂ ਨੇ, ਦਿੱਤਾ ਨਹੀਂ ਉਹਨੇ, ਉਹ ਤਾਂ ਲਿਆ ਉਹਨਾਂ ਨੇ ਅਸਤੀਫਾ, ਉਹ ਤਾਂ ਫਿਰ ਤਿਆਰ ਸੀ ਬਣਨ ਨੂੰ, ਮੀਟਿੰਗਾਂ ਤਾਂ ਕਰਦਾ ਸੀਗਾ, ਹੁਣ ਉਹਨੂੰ ਪੁੱਛਿਆ ਹੀ ਨਹੀਂ ਉਹਨਾਂ ਨੇ ਹੋਰ ਬਣਾਤਾ। ਅਤੇ ਪਾਰਟੀ ਪ੍ਰਧਾਨ ਤਾਂ ਹਾਰਾਂ ਤਾਂ ਪਾਰਟੀ ਦੀਆਂ ਹੁੰਦੀਆਂ ਰਹਿੰਦੀਆਂ, ਹਾਰ ਤਾਂ ਫਿਰ ਸੈਂਟਰ ਦੀ ਵੀ ਹੋਈ ਹੈ, ਸਾਰੇ ਸੂਬਿਆਂ 'ਚ ਹਾਰ ਗਈ ਕਾਂਗਰਸ, ਫਿਰ ਰਾਹੁਲ ਗਾਂਧੀ ਵੀ ਦੇ ਦਿੰਦਾ ਅਸਤੀਫਾ, ਉਹਨੇ ਕਿਉਂ ਨਹੀਂ ਦਿੱਤਾ? ਇੱਥੇ ਸਿੱਧੂ ਤੋਂ ਲੈ ਲਿਆ, 5 ਸੂਬਿਆਂ ਤੋਂ ਲੈ ਲਿਆ, ਅਤੇ ਜ਼ਿੰਮੇਵਾਰੀ ਤਾਂ ਸੈਂਟਰ ਦੇ ਪ੍ਰਧਾਨ ਦੀ ਵੀ ਉਨੀ ਹੈ। ਉਹ ਜੇ ਯੂਪੀ ਤਾਂ ਉਹਨਾਂ ਦੀ ਕਰਦੀ ਸੀ ਸਾਰੀ, ਉਹਦੀ ਭੈਣ ਇੰਚਾਰਜ ਸੀ ਯੂਪੀ ਦੀ, ਫਿਰ ਉਹ ਤੋਂ ਵੀ ਲੈਂਦੇ ਅਸਤੀਫਾ। ਸੋ ਇਹ ਨਹੀਂ ਹੈਗਾ ਗੱਲ, ਹਾਰਾਂ ਜਿੱਤਾਂ ਤਾਂ ਹੁੰਦੀਆਂ ਰਹਿੰਦੀਆਂ ਨੇ, ਇਹ ਨਹੀਂ ਕੋਈ ਜੁੜਦੀ ਗੱਲ ਕਿ ਜਿਹੜਾ ਹਾਰ ਗਿਆ ਫਿਰ ਅਸਤੀਫਾ ਦੇ ਦਿਉ, ਫਿਰ ਦੂਜਾ ਕੀ ਕਰ ਦੂ ਆ ਕੇ? ਇਹ ਤਾਂ ਲੋਕਾਂ 'ਚ ਵੇਖੋ ਵੀ ਕਿਉਂ ਹਾਰੇ ਹੈ, ਉਹਨੂੰ ਦੂਰ ਕਰੋ ਕਮੀਆਂ ਜਿਹਨਾਂ ਕਰਕੇ ਹਾਰੇ ਹੈ, ਉਹ ਸਾਨੂੰ ਪੜਤਾਲ ਕਰਕੇ ਉਹ ਕਮੀਆਂ ਹਟਾਉਣੀਆਂ ਚਾਹੀਦੀਆਂ। ਹਾਰਨਾ ਕੋਈ ਫਰਕ ਨਹੀਂ ਪੈਂਦਾ, ਅਸੀਂ 99 'ਚ ਵੀ ਹਾਰ ਗਏ ਸੀ, ਬੁਰੀ ਤਰ੍ਹਾਂ ਹਾਰ ਗਏ ਸੀ, ਸਾਰੀਆਂ ਸੀਟਾਂ 'ਤੇ ਜਮਾਨਤਾਂ ਹੀ ਜ਼ਬਤ ਹੋ ਗਈਆਂ ਸੀਗੀਆਂ, ਅਤੇ ਅਸੀਂ ਮੁੜ ਕੇ 96 'ਚ ਆ ਕੇ ਫਿਰ ਜਿੱਤ ਗਏ ਸੀਗੇ। ਕੱਲ੍ਹ ਜਦ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਲਗਾਇਆ ਭਗਵੰਤ ਮਾਨ 'ਤੇ ਸ਼ਰਾਬ ਪੀਣ ਦਾ, ਤਾਂ ਆਮ ਆਦਮੀ ਪਾਰਟੀ ਵੱਲੋਂ ਇਹ ਬਿਆਨ ਆਇਆ ਕੁਝ ਉਹਨਾਂ ਦੇ ਲੀਡਰਾਂ ਵੱਲੋਂ ਕੁਝ ਕਿ SGPC ਦੀਆਂ ਚੋਣਾਂ ਸਾਹਮਣੇ ਆਉਂਦੀਆਂ, ਉਹਨਾਂ 'ਚ ਹਾਰ ਦਿਖਾਈ ਦੇ ਰਹੀ ਹੈ ਅਕਾਲੀ ਦਲ ਨੂੰ, ਇਸ ਕਰਕੇ ਬੇਬੁਨਿਆਦ ਇਲਜ਼ਾਮ ਲਗਾ ਰਿਹਾ ਕੱਲ੍ਹ? ਦੇਖੋ, ਮੈਂ ਉਸ ਗੱਲ 'ਚ ਫਿਰ ਵਾਰ ਵਾਰ ਆ ਗਈ ਕਿ ਮੈਂ ਸ਼ਰਾਬ ਵਾਲੇ ਕੰਮ, ਜਿੰਨਾ ਚਿਰ ਮੇਰੇ ਕੋਈ ਠੋਸ ਗੱਲ ਨਹੀਂ, ਮੈਂ ਪੈਂਦਾ ਨਹੀਂ। ਪ੍ਰਧਾਨ ਜੀ ਕੋਲ ਕੋਈ ਆਈ ਹੋਣੀ ਹੈ ਪ੍ਰੈਸ ਵੱਲੋਂ, ਤੁਹਾਡੀ ਵੱਲੋਂ ਪ੍ਰੈਸ ਪੁਲਿਸ ਵਾਲਿਆਂ ਨੇ ਆ ਕੇ ਦੱਸਿਆ ਹੋਊ, ਸਿੱਧਾ ਤਾਂ ਪ੍ਰਧਾਨ ਜੀ ਨੂੰ ਵੀ ਕਿੱਥੋਂ ਪਤਾ ਲੱਗ ਗਿਆ, ਪ੍ਰੈਸ ਨੇ ਦੱਸਿਆ ਹੋਊ ਆ ਕੇ, ਕਿਉਂਕਿ ਪ੍ਰੈਸ ਹੀ ਭਗਵੰਤ ਜੀ ਨੂੰ ਮਿਲ ਕੇ ਆਈ ਸੀ। ਅਤੇ ਉਹਦੇ ਬਾਰੇ ਮੈਂ ਨਹੀਂ ਕਹਿੰਦਾ, ਪਰ ਜਿੱਥੋਂ ਤੱਕ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਗੱਲ ਹੈ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤਾਂ ਕੋਈ ਅੱਗੇ ਅਸੀਂ ਇੰਨੇ ਵਾਰੀ ਲੜੀਆਂ ਹੀ ਹੈ, ਬੜੇ ਬੜੇ ਵਾਰੀ ਚੜ ਕੇ ਆਏ ਆ ਸਾਡੇ ਉੱਤੇ, ਇੰਦਰਾ ਗਾਂਧੀ ਨੇ ਵੀ ਸਾਰਾ ਜ਼ੋਰ ਲਾ ਲਿਆ, ਕੇਰਾ ਕੈਪਟਨ ਸਾਹਿਬ ਨੇ ਵੀ ਸਾਰਾ ਜ਼ੋਰ ਲਾ ਲਿਆ ਸੀਗਾ, ਬੜੇ ਧੱਕੇ ਕੀਤੇ ਸੀਗੇ, ਕੇਰਾ ਕੈਰੋਂ ਸਾਹਿਬ ਨੇ ਵੀ ਬੜਾ ਜ਼ੋਰ ਲਾਇਆ ਸੀਗਾ ਚੋਣਾਂ ਦੇ ਵਿੱਚ, ਸਾਧ ਸੰਗਤ ਬੋਰਡ ਬਣਾ ਲਿਆ ਸੀ ਪੰਜਾਬ 'ਚ ਕਿ ਅਸੀਂ ਛੱਡਣਾ ਨਹੀਂ ਕਾਲੀਆਂ ਤੋਂ ਚੋਣਾਂ ਲੈ ਕੇ ਗੁਰਦੁਆਰੇ, ਖੂਣੇ ਕਹਿੰਦੇ ਆ। ਫੈਸਲਾ ਤਾਂ ਲੋਕਾਂ ਨੇ ਕਰਨਾ, ਵੋਟਾਂ ਨਾਲ ਕਰਨਾ, ਜਿਹਨੂੰ ਮਰਜ਼ੀ ਸੇਵਾ ਸੰਭਾਲ ਦੇਣ, ਵੋਟਾਂ ਨਾਲ ਜਿੱਤ ਜੋ ਕੋਈ ਠਾਉਂਦਾ ਤਾਂ ਨਹੀਂ ਹੈਗਾ, ਜਿਹੜਾ ਮਰਜ਼ੀ ਜਿੱਤ ਜੇ, ਸਰਕਾਰ ਵੀ ਹੁਣ ਵੋਟਾਂ ਨਾਲ ਬਣੀ ਗਈ ਹੈ ਨਾ, ਅਤੇ ਉਦੋਂ ਵੀ ਬਣਾਇਆ ਕੈਰੋਂ ਨੇ ਬੜਾ ਜ਼ੋਰ ਲਾਇਆ ਸੀਗਾ, ਅਤੇ ਅਮਰ ਸਿੰਘ ਦਸਾਂਝ ਉਦੋਂ ਪੱਤਰਕਾਰ ਹੀ ਹੁੰਦਾ ਸੀ, ਅਕਾਲੀ ਪੱਤਰਿਕਾ ਦਾ MD ਚੇਅਰ, ਉਹ ਮੈਨੇਜਿੰਗ ਡਾਇਰੈਕਟਰ, ਉਹਨੂੰ ਜ਼ਿੰਮੇਵਾਰੀ ਦਿੱਤੀ ਸੀ ਸਾਰੀ। ਅਤੇ ਜਦੋਂ ਰਿਜ਼ਲਟ ਆਏ, ਕੋਈ ਸੀਟ ਨਹੀਂ ਸੀ ਜਿੱਤਿਆ ਸਾਧ ਸੰਗਤ ਬੋਰਡ, ਸਾਰੀਆਂ ਅਕਾਲੀ ਦਲ ਜਿੱਤ ਗਏ। ਅਤੇ ਪੁੱਛਿਆ ਕਿਸੇ ਨੇ ਅਮਰ ਸਿੰਘ ਦਸਾਂਝ ਨੂੰ, ਉਹਨਾਂ ਨੂੰ ਆਪਣੇ ਨੂੰ ਗਿਆਨੀ ਕਰਤਾਰ ਸਿੰਘ ਇੰਚਾਰਜ ਹੁੰਦਾ ਸੀਗਾ ਉਹ ਇਲੈਕਸ਼ਨ ਦਾ, ਸਾਰੀ ਦਾ ਸ਼੍ਰੋਮਣੀ ਕਮੇਟੀ ਵਾਲੀ ਦਾ, ਅਤੇ ਵੀ ਕੀ ਗੱਲ ਜੀ, ਸਾਰੀਆਂ ਹੀ ਹਾਰ ਗਏ ਤੁਸੀਂ, ਕੋਈ ਵੀ ਨਹੀਂ ਜਿੱਤੇ? ਉਹ ਕਹਿੰਦਾ ਜੀ ਬਸ ਸੰਗਤ ਕਾਲੀਆਂ ਨਾਲ ਤੁਰ ਗਈ, ਸਾਧ ਡੇਰਿਆਂ ਨੂੰ ਉੱਠ ਗਏ, ਜਿਹੜਾ ਬੋਰਡ ਸੀ ਉਹ ਅਮਰ ਸਿੰਘ ਦਸਾਂਝ ਲੈ ਗਿਆ ਚੱਕ ਕੇ, ਅਤੇ ਅਸੀਂ ਤਾਂ ਇਕੱਲੇ ਹੀ ਰਹਿ ਗਏ। ਸੋ ਐਂ ਹੁੰਦੀ ਆ ਹਮੇਸ਼ਾ, ਕਿੰਨੇ ਵਾਰੀ ਲੜ, ਇੱਕ ਵਾਰੀ ਥੋੜ੍ਹਾ ਲੜਿਆ ਇਹ, ਕਈ ਵਾਰੀ ਲੜ ਹਟੇ ਸਾਡੇ ਨਾਲ, ਕਾਂਗਰਸ ਵੀ ਲੜ ਹਟੀ ਹੈ, ਹੋਰ ਵੀ ਲੜ ਹਟੇ ਆ ਇਕੱਠੇ ਹੋ ਕੇ, ਹੁਣ ਵੀ ਕਈ ਫਿਰਦੇ ਟੋਲੇ ਜੇ ਇਕੱਠੇ ਹੋ ਕੇ ਲੜਨ ਨੂੰ, ਲੜ ਲੈਣ ਮੈਦਾਨ ਦੇ ਵਿੱਚ, ਕੋਈ ਹਰਜ ਨਹੀਂ ਹੈਗਾ, ਜਿਹਨੂੰ ਲੋਕ ਫਤਵਾ ਦੇਣਗੇ ਉਹਨੂੰ ਮੰਨ ਲਾਂਗੇ ਸਾਰੇ। ਚੰਡੀਗੜ੍ਹ ਦੇ ਮੁੱਦੇ 'ਤੇ ਜਿਹੜਾ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਹੋਇਆ, ਤੁਸੀਂ ਕਿਵੇਂ ਦੇਖਦੇ ਹੋ ਕਿ ਬਿੱਲ ਪਾਸ ਹੋਣ ਨਾਲ ਕੇਂਦਰ ਮੰਨ ਸਕਦਾ ਕਿਸੇ ਗੱਲ 'ਤੇ? ਤੁਸੀਂ ਤਾਂ ਰਹੇ ਹੋ ਵਿੱਚੋਂ, ਸਾਰਾ ਕੁਝ ਦੇਖਿਆ, ਕਿ ਅਜਿਹੇ ਬਿੱਲਾਂ ਦੀ ਕੋਈ ਹੈ ਮਹੱਤਤਾ? ਦੇਖੋ, ਜਿਹੜਾ ਹੁਣ ਸਿਸਟਮ ਹੋ ਗਿਆ ਚੰਡੀਗੜ੍ਹ ਨੂੰ, ਹੋ ਗਿਆ ਬਹੁਤ ਦੇਰ, ਮੌਕੇ 2-3 ਵਾਰੀ ਆਏ ਸੀਗੇ, ਚੰਡੀਗੜ੍ਹ ਦੀ ਖਾਤਰ ਲੜਿਆ ਹਮੇਸ਼ਾ ਅਕਾਲੀ ਦਲ ਆ, ਹੋਰ ਕੋਈ ਲੜਿਆ ਹੀ ਨਹੀਂ, ਕੋਈ ਪਾਰਟੀ ਨਹੀਂ ਲੜੀ। ਕਾਂਗਰਸ ਦਾ ਤਾਂ ਮਤਲਬ ਹੀ ਨਹੀਂ, ਕਿਉਂਕਿ ਕਾਂਗਰਸ ਨੇ ਤਾਂ ਦਿੱਤਾ ਹੀ ਹੈ ਸਾਰਾ ਕੁਝ, ਕਾਂਗਰਸ ਨੇ ਤਾਂ ਖੋਏ ਹੀ ਆ ਸਾਰੀਆਂ ਚੀਜ਼ਾਂ, ਇਹਨਾਂ ਦੀ ਦਿੱਲੀ ਵਾਲੀ ਗੌਰਮੈਂਟ ਨੇ ਖੋਈਆਂ ਨੇ ਸਾਥੋਂ ਸਾਰੀਆਂ ਚੀਜ਼ਾਂ, ਅਤੇ ਵਿਤਕਰਾ ਕੀਤਾ ਸਾਡੇ ਨਾਲ, ਜਿਹੜਾ ਹੋਰ ਸੂਬਿਆਂ 'ਚ ਨਹੀਂ ਕੀਤਾ ਸਾਡੇ ਨਾਲ ਕੀਤਾ। ਮੇਰੀ ਸਮਝ ਦੇ ਵਿੱਚ ਹੁਣ ਦੇਰ ਬਹੁਤ ਹੋ ਗਈ ਹੈ, ਹੁਣ ਇਹ ਮਤੇ ਮੁਤੇ ਪਾਉਣ ਦਾ ਕੋਈ ਫਾਇਦਾ ਨਹੀਂ, ਐਵੇਂ ਟਾਈਮ ਖਰਾਬ ਕਰਨ ਵਾਲੀ ਗੱਲ ਆ, ਇਹਦਾ ਕੋਈ ਲਾਭ ਨਹੀਂ ਮਿਲਣਾ। ਜਦ ਤਾਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਜਾਣ, ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇੱਕ ਵਾਰੀ ਮੁੱਖ ਮੰਤਰੀ ਲਵੇ ਨਾਲ, ਪ੍ਰਧਾਨ ਮੰਤਰੀ ਜੀ ਨੂੰ ਮਿਲਣ, ਉਹਨਾਂ ਨੂੰ ਕਹਿਣ ਵੀ ਸਾਡੇ ਨਾਲ ਬੇਇਨਸਾਫੀ ਹੈ, ਜੇ ਤੁਸੀਂ ਬਾਕੀ ਸਾਰੇ ਸੂਬਿਆਂ ਦੀ ਰਾਜਧਾਨੀ ਨਹੀਂ ਖੋਈ, ਜਿਹੜਾ ਨਵਾਂ ਸੂਬਾ ਬਣਦਾ ਉਹ ਆਪਦੀ ਅੱਡ ਬਣਾਉਂਦਾ, ਫਿਰ ਸਾਡੇ ਨਾਲ ਧੱਕਾ ਕਿਉਂ ਕੀਤਾ? ਬਹੁਤ ਚਿਰ ਹੋ ਗਿਆ, ਹੁਣ ਇਹਨੂੰ ਨਿਬੇੜੋ ਕੰਮ ਨੂੰ, ਤੁਸੀਂ ਕਿਉਂ ਰੌਲਾ ਪਾਈ ਬੈਠੇ ਆ? ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਪਊਗਾ, ਕੋਈ ਨਾ ਕੋਈ ਸਾਰੇ ਇਕੱਠੇ ਹੋ ਕੇ ਜਾਣ ਉੱਥੇ, ਉਹਨਾਂ ਨੂੰ ਜਵਾਬ ਦੇਣਾ ਹੋਊਗਾ, ਫੈਸਲਾ ਕਰਨਾ ਪਊਗਾ। ਅਤੇ ਨਹੀਂ ਫਿਰ ਸਾਰੇ ਇਕੱਠੇ ਹੋ ਕੇ ਲੀਡਰ ਲੀਡਰ ਹੀ, ਮੈਂ ਕਹਿੰਦਾ ਭਾਵੇਂ 20 ਹੋਣ ਜਾਂ 30 ਹੋਣ, ਕੋਈ ਫਰਕ ਨਹੀਂ ਪੈਂਦਾ, ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਉੱਥੇ ਪ੍ਰਧਾਨ ਮੰਤਰੀ ਦੇ ਘਰ ਮੂਹਰੇ ਧਰਨਾ ਲਾਉਣ, ਵੀ ਜਿੰਨਾ ਚਿਰ ਸਾਡਾ ਫੈਸਲਾ ਨਹੀਂ ਕਰਦਾ ਅਸੀਂ ਨਹੀਂ ਇੱਥੋਂ ਉੱਠ ਕੇ ਜਾਂਦੇ, ਅਤੇ ਫੈਸਲਾ ਕੋਈ ਨਾ ਕੋਈ ਕਰਨਾ ਪਊਗਾ। ਜੇ ਐਵੇਂ ਬਿਆਨ ਦੇ ਤੇ ਮਤੇ ਪਾਸ ਕਰਤੇ, ਇਹ ਡੱਕਾ ਨਹੀਂ ਹੋਣਾ, ਇਹ ਐਂ ਰਹੇਗਾ, ਕੁਛ ਨਹੀਂ, ਕੋਈ ਸੈਂਟਰ ਦੇ ਕੋਈ ਜੂ ਨਹੀਂ ਸਰਕਣੀ ਕਰਨਾ ਦੇ ਉੱਤੇ। ਕਾਂਗਰਸ ਦੇ ਵਿੱਚ ਜਿਹੜਾ ਪਿਛਲੇ ਸਮੇਂ ਬੜੀ ਲੰਮੀ ਫੁੱਟ ਰਹੀ, ਹੁਣ ਪ੍ਰਧਾਨ ਬਦਲ ਤੇ, LOP ਲਾ ਤੇ, ਸਭ ਕੁਝ ਕਰਤਾ, ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਰਾਜਾ ਵੜਿੰਗ ਨੂੰ ਲਾਇਆ, ਕੋਈ ਸੁਧਾਰ ਆਊ ਕਾਂਗਰਸ ਦੇ ਵਿੱਚ? ਵੇਖੋ, ਇਹ ਮਸਲਾ ਤਾਂ ਉਹਨਾਂ ਦਾ, ਸਾਡਾ ਤਾਂ ਕੋਈ ਮਸਲਾ ਨਹੀਂ ਹੈ, ਤਾਂ ਰਾਜਾ ਵੜਿੰਗ ਜੀ ਨੇ ਵੇਖਣਾ ਹੈ, ਜਾ
एडी छोटी उम्र प्रधानगी मिल गई, मैं कहना करम वाला हो तो पर सारा नाल लेके चलूगा, सारे ये चलने कि नहीं चलन, तो आने वाला समा दसेगा जी। चुनौतियां भी रहनगियां नहीं, चुनौतियां तो जिंदगी हमेशा ही हूँ, दिनों दिन सियासत एड्डी तेज़ होंगी जाती है, थोड़ा सोशल मीडिया मीडिया इन्ना आ गया, इन्नी तेज़ हो गई हूँ, तो हर वे चुनौतियां सियासी बंदे हूँ, तो चुनौतियां ही सारी दिहाड़ी, बिना चुनौतियां तो घंटा भी नहीं लंघता। तुसीं अपनी हार नूं लहर च ही मानते हो कि आम आदमी पार्टी की लहर सी जां कोई होर कारण तुसीं अपनी हार नूं खुद ही? नहीं देखो समझ नहीं आ रही किवें, तो ऐरकी तो किसी कोई समझ नहीं आ रही, चलो मेरी तो हार बड़ी थोड़ियां वोटों पर हुई है, 40-40 हज़ार, 50-50 हज़ार, 60-60 हज़ार, तो जिहड़ियां जित्तां हार आईयां लोगों के गले नहीं उतर रही, लोगों के जिहड़ी सीट 30-40 हज़ार वोटों पर हार दी है जां 40-50 हज़ार पर हार दी है ना, उदों तो पहले ही रौला पैण लग जांदा हुंदा वी ते गई इह ते गई, इही जिहदा ऐरकी गल ही है नहीं सी, कोई मुकाबले ही सीगे, ईवन आप साडा कई बंदे नाल आप वाले नाल गल हुई सीगी, वह कहिंदे जी 50 कदे आले दुआले साडियां 45-50, 40-50 विच विच है, इन्नियां कि असीं गिणदे हुंदे सी 40-50 साडियां आउणगियां, कांग्रेस नूं सारे कहिंदे सी इन्हां दी 20 आउणगियां, उन्हां दी 19 आ गईआं, उह सगा तकड़े रहि गए, सो ये हवा एक अंदर अंदर इन्नी तेज़ सी जां की सी, ये तो हले लोगों के गले नहीं उतर रही, एड्डी वड्डी जित जिहड़ी आम आदमी पार्टी की हुई है, सोचण तों बाहर है कि इन्नी वड्डी जित होवे ते इन्ना वड्डा, पिछली देखो 17 दे विच किन्नी हवा सी आम आदमी पार्टी, अभी सारे लोग कहिंदे सी आम आदमी पार्टी जितूगी, पर सीटा उन्होंने आईया 20 उदों इन्नी नेरी च, बाहरों भी सारे ने मदद की सी खुले आम, ऐरकी तो बाहरों भी किसी ने मदद नहीं की, इत्थे भी कोई शोर शराबा नहीं सी, तो सीटा 92 जित गए, नहीं पता नहीं किवें परमात्मा जानता यह गल किवें हुई है। नवे विधायक बने आम आदमी पार्टी के, रौले भी पे, कदे किसी दफ्तर में चले गए, कदे किसी स्कूल के चले गए, उन्होंने किवें देखते हो, उ जाके अफसरों हदायत जारी कर दी, वर्कर भी वड़ गए स्कूलों के, की लगता अफसर भी जेडे मुलाजम से पहला वोटा बड़िया पाइया से नाराज भी होए अंदरों अंदरी कि आ की बनता जा रहा? ये ठीक है थोड़ी गल कि मुलाजमान ने ज्यादा वोटा पाइया आम आदमी पार्टी, पर मेरे समझ भी ये नहीं करना चाहिए इस रोड जाके, ये ना उन्होंने बुरा असर पैंदा, जो मुलाजम है जिते जो काम करते अपन ड्यूटियां, तो बुरा असर पैंदा, जे कि काम गलत हो रहा जो शिकायत आती है उन्होंने को काम ठीक नहीं हो रहा, उत्थे MLA जावड़े कोई माड़ी गल नहीं, जाके उन्होंने समझाना भी चाहिए, जे कोई गलत करता अफसर तो उन्होंने घूरना भी चाहिए, पर थोड़े को गल हो ठोस के इतने गलत हो रहा, जो अफसर रिश्वत लै रहा ज अफसर कोई होर गलत गल कर रहा, वो फिर MLA का तो हैगा भी जा सकता, वो कोई नहीं पब्लिक का नहीं बनता जाना, कोई जो तुम कहो भी पब्लिक जाके स्कूलों जाके ज हस्पतालों के जाके ज होर थावान जाके अपनी दादागिरी करे, उदा तो फिर छेती बदनाम हो जाएंगे, कोई फायदा नहीं होना। ਤੁਹਾਨੂੰ ਕੀ ਲੱਗਦਾ ਹੈ, ਤੁਹਾਡੇ ਤਜਰਬੇ ਤੋਂ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦਾ ਸਿਸਟਮ ਹੈ ਕਰਜ਼ਾਈ ਪੰਜਾਬ, ਜੇ ਅਸੀਂ ਕਹਿ ਲਈਏ 3 ਲੱਖ ਕਰੋੜ ਰੁਪਏ ਦੇ ਨੇੜੇ ਕਰਜ਼ਾ, ਸੰਭਲ ਪਾਏਗਾ ਸਿਸਟਮ? ਦੇਖੋ ਇਹਨਾਂ ਦੀ ਮੈਜੋਰਟੀ ਜਿੰਨੀ ਜ਼ਿਆਦਾ ਇਸ ਵੇਲੇ ਉਹਦਾ ਇਹਨਾਂ ਨੂੰ ਫਾਇਦਾ ਤਾਂ ਹੈਗਾ ਹੀ ਹੈ, ਜ਼ਿਆਦਾ ਮੈਜੋਰਟੀ ਹੈਗੀ ਹੈ ਜੀ, ਤੇ ਪੰਜਾਬ ਦਾ ਕੋਈ ਮੈਨੂੰ ਭਲਾ ਹੋਣ ਵਾਲੀ ਗੱਲ ਕੋਈ ਲੱਗਦੀ ਨਹੀਂ ਆਮ ਆਦਮੀ ਪਾਰਟੀ ਤੋਂ, ਕਿਉਂਕਿ ਅਣਸਿੱਖੇ ਬੰਦੇ ਨੇ ਸਾਰੇ ਜੀ, ਚਲੋ ਆਪਾਂ ਤਾਂ ਆਸ ਕਰਦੇ ਹਾਂ ਚੰਗਾ ਕੰਮ ਕਰਨ ਲੋਕਾਂ ਨੇ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰਨ, ਜੇ ਵਾਅਦੇ ਆਪਦੇ ਪੂਰੇ ਕਰਨਗੇ ਜਿਹੜੇ ਲੋਕਾਂ ਨੇ ਕੀਤੇ ਆ, ਜਿਵੇਂ 1000 ਰੁਪਈਆ ਬੀਬੀਆਂ ਨੂੰ ਦੇਣਾ, 300 ਪੈਨਸ਼ਨ ਦਾ, ਸਕੂਲਾਂ ਹਸਪਤਾਲਾਂ ਸੜਕਾਂ ਹੋਰ ਕਾਫੀ ਵਾਅਦੇ ਕੀਤੇ ਲੋਕਾਂ ਨਾਲ, ਜੇ ਉਹ ਪੂਰੇ ਕਰਨਗੇ, ਮੈਂ ਤਾਂ ਜਿਵੇਂ ਹੁਣ ਪਹਿਲਾਂ ਕਹਿਤਾ ਕਿ ਰਿਸ਼ਵਤ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਥੋੜ੍ਹਾ ਜਿਹਾ ਫਰਕ ਤਾਂ ਹੈਗਾ, ਅਤੇ ਜੇ ਇਹ ਵਾਅਦੇ ਪੂਰੇ ਕਰਨਗੇ ਮੈਂ ਤਾਂ ਕਹੂੰਗਾ ਵੀ ਚੰਗਾ ਕੰਮ ਕੀਤਾ ਇਹਨਾਂ ਨੇ, ਜੇ 1000 ਰੁਪਈਆ ਸਾਰੀਆਂ ਬੀਬੀਆਂ ਨੂੰ ਦੇ ਤਾਂ ਮੈਂ ਕਹੂੰ ਚੰਗੀ ਗੱਲ ਹੈ, ਜੇ 360 ਬਿਜਲੀ ਦੀ ਮਾਫ ਕਰਤੀ ਮੈਂ ਕਹੂੰ ਚੰਗੀ ਗੱਲ ਕੀਤੀ ਆ, ਜੇ ਚੰਗਾ ਕਰਨਗੇ ਤਾਂ ਅਸੀਂ ਚੰਗਾ ਕਹਾਂਗੇ, ਐਂ ਨਹੀਂ ਕਹਿੰਦੇ, ਪਰ ਲੱਗਦਾ ਨਹੀਂ ਜੋ ਹਾਲਾਤ ਨੇ ਸਟੇਟ ਦੇ ਜਾਂ ਇਹਨਾਂ ਦੇ, ਲੱਗਦਾ ਨਹੀਂ ਕਿ ਕੁਛ ਕਰ ਪਾਉਣਗੇ, ਮੈਨੂੰ ਨਹੀਂ ਲੱਗਦਾ ਇਸ ਤੋਂ ਕੋਈ ਬਹੁਤੀ ਆਸ ਨਹੀਂ ਹੈਗੀ। ਨਹੀਂ ਤੁਹਾਡੇ ਚਰਚੇ ਹੋਏ ਸੀ ਪਹਿਲਾਂ ਵੀ BJP ਜਾ ਰਹੇ ਆ ਜੀ, ਪਾਰਟੀ ਬਦਲ ਰਹੇ ਆ, ਕੀ ਹੁਣ ਚਰਚੇ ਅੱਗੇ ਵੀ ਸ਼ੁਰੂ ਹੋਣਗੇ ਜਾਂ ਬਸ ਵਿਰਾਮ ਲੱਗ ਗਿਆ? ਇਹ ਤਾਂ ਚਰਚੇ ਤੁਹਾਡੇ ਮੀਡੀਆ 'ਚ ਸੀ, ਮੇਰੇ ਕੋਲ ਤਾਂ ਕੋਈ ਗੱਲ ਇਹੋ ਜਿਹੀ ਕਦੇ ਆਈ ਨਹੀਂ, ਤੁਹਾਡੇ ਮੀਡੀਆ 'ਚ ਹੀ ਖਬਰ ਜੀ ਚੱਲ ਰਹੀ ਸੀ, ਟੈਲੀਵਿਜ਼ਨਾਂ 'ਤੇ ਚੱਲੀ ਗਈ, ਮੈਂ ਆਪ ਵੇਖਿਆ, ਮੈਂ ਬੈਠਾ ਚੰਡੀਗੜ੍ਹ ਸੀਗਾ, ਉਹ ਕਹਿੰਦੇ ਜੀ ਦਿੱਲੀ ਮਿਨਿਸਟਰ ਕੋਲ ਬੈਠੇ ਆ, ਮੈਂ ਉਸ ਵੇਲੇ ਚੰਡੀਗੜ੍ਹ ਸੀਗਾ, ਤੁਹਾਡੇ ਮੀਡੀਆ ਨੇ ਇਹ ਪਤਾ ਨਹੀਂ, ਮੈਨੂੰ ਵੀ ਸਮਝ ਵੀ ਨਹੀਂ ਆਈ, ਉਦੋਂ ਮੈਂ ਪੁੱਛਿਆ ਵੀ ਕਈ ਵੀ ਕਿੱਥੋਂ ਖਬਰ ਲਈ, ਉਹ ਦੂਜਾ ਦੂਜੇ ਦੇ ਸਿਰ ਕਹਿ ਦਿਆ ਕਰੇ, ਦੂਜਾ ਦੂਜੇ ਸਿਰ ਕਹਿ ਦਿਆ ਕਰੇ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਮੈਂ ਨੂੰ ਇੰਨਾ ਲੰਮਾ ਸਮਾਂ ਹੋ ਗਿਆ ਪਾਰਟੀ 'ਚ ਕੰਮ ਕਰਦਿਆਂ ਨੂੰ, ਨਾ ਮੈਨੂੰ ਪਾਰਟੀ 'ਚ ਕੋਈ ਪ੍ਰੋਬਲਮ ਹੈ, ਅਤੇ ਇਸ ਕਰਕੇ BJP 'ਤੇ ਅਸੀਂ ਇਕੱਠੇ ਹੀ ਸੀਗੇ, ਕੱਲ੍ਹ ਨੂੰ ਫਿਰ ਇਕੱਠੇ ਹੋ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਮਲੂਕਾ ਸਾਹਿਬ। ਥੈਂਕ ਯੂ ਜੀ, ਤੁਹਾਡਾ ਜੀ ਆਇਆਂ ਨੂੰ ਤੁਹਾਡਾ ਵੀ ਬਹੁਤ ਧੰਨਵਾਦ ਜੀ। ਤਾਂ ਗੱਲਬਾਤ ਕੀਤੀ ਮਲੂਕਾ ਸਾਹਿਬ ਦੇ ਨਾਲ, ਉਹਨਾਂ ਨੇ ਕਿਹਾ ਕਿ ਆਮ ਮੈਂ ਉਸ ਮੌਕੇ 'ਤੇ ਨਹੀਂ ਸੀ, ਨਾ ਮੈਨੂੰ ਉਸ ਗੱਲ ਬਾਰੇ ਪਤਾ, ਭਗਵੰਤ ਮਾਨ 'ਤੇ ਜੋ ਕੱਲ੍ਹ ਇਲਜ਼ਾਮ ਲੱਗਿਆ, ਸੁਰਬੀਰ ਸਿੰਘ ਬਾਦਲ ਨੂੰ ਵੀ ਕਿਤੋਂ ਪਤਾ ਲੱਗਿਆ, ਤਾਂ ਉਹਨਾਂ ਨੇ ਬਿਆਨ ਦਿੱਤਾ, ਮੈਂ ਇਸ 'ਤੇ ਹਜੇ ਕਹਿੰਦੇ ਕੋਈ ਟਿੱਪਣੀ ਨਹੀਂ ਕਰਾਂਗਾ। ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹਾਲੇ ਸਰਕਾਰ ਨਵੀਂ ਹੈ,
ਸਮਾਂ ਦੇਣਾ ਬਣਦਾ ਹੈ। ਸਮਾਂ ਦੇਣ ਤੋਂ ਬਾਅਦ ਦੇਖਾਂਗੇ ਕਿ ਕਿਸ ਤਰੀਕੇ ਨਾਲ ਇਹ ਪੰਜਾਬ ਨੂੰ ਸਾਂਭਦੇ ਆ ਜਾਂ ਨਹੀਂ, ਤਾਂ ਉਸ ਤੋਂ ਬਾਅਦ ਜਿਹੜੀਆਂ ਅਗਲੇ ਆ ਜਿਹੜੀਆਂ ਟਿੱਪਣੀਆਂ ਉਸ ਤੋਂ ਬਾਅਦ ਸ਼ੁਰੂ ਹੋਣਗੀਆਂ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜਿਹੜੇ ਅਕਾਲੀ ਦਲ ਹੈ ਉਹ ਜਿਹੜੀਆਂ SGPC ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਕਿ ਅਕਾਲੀ ਦਲ ਘਬਰਾਹਟ ਦੇ ਵਿੱਚ ਹੈ। ਉਹ ਕਹਿੰਦੇ ਅਜਿਹੀ ਕੋਈ ਗੱਲ ਨਹੀਂ, ਬੜੇ ਵਾਰ ਆਏ ਅਕਾਲੀ ਦਲ ਨੂੰ ਹਰਾਉਣ ਵਾਲੇ ਅਤੇ ਬੜੇ ਵਾਰ ਉਹਨਾਂ ਦਾ ਸਾਹਮਣਾ ਹੋਇਆ ਅਤੇ ਬੜੇ ਵਾਰ ਅਕਾਲੀ ਦਲ ਗੁਰਦੁਆਰਿਆਂ ਦੀ ਸੇਵਾ ਕਰਦਾ ਰਿਹਾ। ਕੈਮਰਾ ਪਰਸਨ ਹਿਮਤਾਜ ਢਿੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ YT।